ਸਾਨੂੰ ਫੋਰਚੂਨਰ ਗੱਡੀ ਚਾਹੀਦੀ ਆ। ਆਪਣੇ ਪਿਓ ਨੂੰ ਕਿਹਾ 5 ਕਿੱਲੇ ਪੈਲੀ ਮੇਰੇ ਨਾਂ ਤੇ ਲਾ ਕੇ ਦੇ। ਇਸ ਰੋਂਦੀ ਹੋਈ ਕੁੜੀ ਨੇ ਆਪਣੀ ਹੱਡ ਬੀਤੀ ਦੱਸੀ ਅਤੇ ਸਹੁਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸਦੀ ਸੱਸ ਨੇ ਮੁੰਡੇ ਦੀ ਇੱਛਾ ਦੇ ਵਿੱਚ ਉਸਦਾ 4 ਵਾਰ ਗਰਭਪਾਤ ਕਰਵਾਇਆ। ਪੀੜਤ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੇ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਕੋਲ ਪਹਿਲਾਂ ਬੇਟੀ ਹੋਈ ਤੇ ਉਸ ਤੋਂ ਬਾਅਦ ਉਸਦੀ ਸੱਸ ਨੇ ਮੁੰਡੇ ਦੀ ਚਾਹਤ ਦੇ ਵਿੱਚ ਉਸਦਾ ਲਗਾਤਾਰ ਅਬੋਰਸ਼ਨ ਕਰਵਾਇਆ ਅਤੇ ਉਸਦੇ ਬੱਚਿਆਂ ਨੂੰ ਕੁੱਖ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਕਤਲ ਕਰਵਾ ਦਿੱਤਾ ਗਿਆ ਅਤੇ ਉਸ ਵੱਲੋਂ ਹੁਣ ਆਪਣੇ ਪਤੀ ਅਤੇ ਸੱਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਘਟਨਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਲਾ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ ਇਸ ਲੜਕੀ ਨਾਲ ਇਹ ਤਸ਼ੱਦਦ ਕੀਤਾ ਜਾਂਦਾ ਸੀ। ਮਹਿਲਾ ਦਾ ਕਹਿਣਾ ਹੈ ਕਿ ਮੁੰਡੇ ਦੀ ਚਾਹਤ ਦੇ ਨਾਲ ਨਾਲ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਅਤੇ ਬਾਅਦ ਦੇ ਵਿੱਚ ਪੰਚਾਇਤ ਦੇ ਵਿੱਚ 3-4 ਵਾਰ ਰਾਜ਼ੀਨਾਮੇ ਵੀ ਹੋ ਚੁੱਕੇ ਨੇ, ਪਰ ਹੁਣ ਹਾਰ ਕੇ ਉਸ ਨੂੰ ਕਾਨੂੰਨ ਦਾ ਸਹਾਰਾ ਲੈਣਾ ਪੈ ਰਿਹਾ ਹੈ ਕਿਉਂਕਿ ਉਹ ਆਪਣੇ ਤੇ ਹੋ ਰਹੇ ਤਸ਼ੱਦਦਾਂ ਦੇ ਕਾਰਨ ਦੁਖੀ ਹੋ ਚੁੱਕੀ ਸੀ। ਉੱਥੇ ਦੂਜੇ ਪਾਸੇ ਪੀੜਤ ਲੜਕੀ ਦੀ ਸੱਸ ਨੇ ਵੀ ਆਪਣਾ ਪੱਖ ਰੱਖਿਆ ਹੈ। ਇਹ ਇਹਨਾਂ ਨੇ 4 ਵਾਰ ਮੇਰੀਆਂ ਅਬੋਰਸ਼ਨਾਂ ਕਰਾਈਆਂ ਵਾ। ਮੇਰੀ ਸੱਸ ਨੇ, ਮੇਰੇ ਹਸਬੈਂਡ ਨੇ, ਔਰ ਉਹ ਵੀ ਮੇਰੀ ਸੱਸ ਨੇ ਕੋਲ ਬਹਿ ਬਹਿ ਕੇ ਮੈਨੂੰ ਕਿੱਟ ਖਵਾਈਆਂ ਵਾ। ਕਦੀ ਕਿੱਟ ਖਵਾ ਦਿੰਦੇ ਨੇ, ਕਦੀ ਬੋਟ ਵੀ ਅਸੀਂ ਤੇਰਾ ਬੱਚਾ ਚੈੱਕ ਕਰਾਉਣਾ ਜੇ ਕੁੜੀ ਹੈ ਤੇ ਬੋਟ, ਮੈਂ ਮਨਾ ਕਰਦੀ ਹਾਂ ਕਿ ਮੈਂ ਨਹੀਂ ਕਰਾਉਣ ਦੇਣੀ ਗੀ। ਇਸ ਚੱਕਰ ਦੇ ਵਿੱਚ ਇਹਨਾਂ ਨੇ ਮੇਰੀ ਅਬੋਰਸ਼ਨਾਂ ਕਰਾਈਆਂ ਵਾ, 4 ਵਾਰ ਇਹਨਾਂ ਨੇ ਮੇਰੀਆਂ ਅਬੋਰਸ਼ਨਾਂ ਕਰਾਈਆਂ ਵਾ ਤੇ ਹੁਣ ਫਿਰ ਇਹ ਭਾਲਦੇ ਆ ਕਿ ਸਾਨੂੰ ਫਿਰ ਮੁੰਡਾ ਦੇ, ਮੇਰੇ ਪੱਲੇ ਕੁਛ ਨਹੀਂ ਰਹਿ ਗਿਆ 4 ਵਾਰ ਅਬੋਰਸ਼ਨਾਂ ਕਰਾਉਣ ਤੋਂ ਬਾਅਦ। ਇਹ ਕਹਿੰਦੇ ਅਸੀਂ ਚੈੱਕ ਕਰਾਉਣਾ ਵਾ ਤੇ ਸਾਨੂੰ ਕਿਸੇ ਚੀਜ਼ ਦੀ ਸਕੂਲ ਦੇ ਵਿੱਚ ਵੱਲੋਂ ਕੋਈ ਕਮੀ ਨਹੀਂ ਆ, ਪਰ ਇਹ ਹੁਣ ਮੈਨੂੰ ਦਾਜ ਦੇ ਚੱਕਰ 'ਚ ਵੀ ਤੰਗ ਬਹੁਤ ਕਰਦੇ ਨੇ। ਅੱਗੇ ਵੀ ਮਾਂ ਪਿਓ ਨੇ ਬਹੁਤ ਵਿਆਹ ਕੀਤਾ ਵਾ, 20-25 ਤੋਲੇ ਸੋਨਾ ਪਾਇਆ ਹੈ, ਸਵਿਫਟ ਡਿਜ਼ਾਇਰ ਗੱਡੀ ਦਿੱਤੀ ਆ। ਹੁਣ ਮੇਰੇ ਪਤੀ ਇਹ ਕਹਿੰਦੇ ਨੇ ਕਿ ਗੱਡੀ ਨੂੰ ਜੈਕ ਤੇ ਖੜਿਆ ਕੀਤਾ ਵਾ, ਬੈਟਰੀ ਦੀਆਂ ਤਾਰਾਂ ਲਾਈਆਂ ਵਾ, ਵੀ ਸਾਨੂੰ ਫੋਰਚੂਨਰ ਗੱਡੀ ਚਾਹੀਦੀ ਆ। ਆਪਣੇ ਪਿਓ ਨੂੰ ਕਿਹਾ 5 ਕਿੱਲੇ ਪੈਲੀ ਮੇਰੇ ਨਾਂ ਤੇ ਲਾ ਕੇ ਦੇ। ਉਹਨਾਂ ਨੇ ਅੱਗੇ ਵਿਆਹ ਆਪਣੀ ਹੈਸੀਅਤ ਤੋਂ ਵੱਧ ਕੀਤਾ ਵਾ, ਮੈਂ ਕਿਹਾ ਉਹਨੂੰ ਹੋਰ ਨਹੀਂ ਦੇ ਸਕਦੇ। ਪਰਸੋਂ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਆ, ਮੇਰੇ ਡਾਕੂਮੈਂਟਸ ਵੀ ਚੋਰੀ ਕੀਤੇ ਨੇ, ਮੇਰੇ ਸਾਰਾ ਕੁਛ ਚੋਰੀ ਕੀਤਾ ਇਹਨਾਂ ਨੇ, ਮੇਰੇ ਕੋਲ ਕੁਛ ਨਹੀਂ ਆ। ਕਹਿੰਦੇ ਤੈਨੂੰ ਕੰਮ ਵਾਲੀਆਂ ਦੀ ਤਰ੍ਹਾਂ ਰੱਖਣਾ ਵਾ ਅਸੀਂ, ਜਾਂ ਤਾਂ ਇੱਥੋਂ ਆਪਣੇ ਆਪ ਚਲੀ ਜਾ। ਪਰਸੋਂ ਇਹਨਾਂ ਨੇ ਬੜੀ ਬੁਰੀ ਹਾਲਤ ਨਾਲ ਮੇਰੇ ਪਤੀ ਨੇ ਕੁੱਟਮਾਰ ਕੀਤੀ, ਮੇਰੀ ਸੱਸ ਨੇ ਕਹਿ ਕੇ ਕਰਵਾਈ ਆ, ਅੱਜ ਤੋਂ ਸਾਰਾ ਚੁੰਨੀ ਗਲੇ ਚ ਪਾ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ, ਮੇਰੀ ਬੇਟੀ ਨੂੰ ਵੀ ਮਾਰਿਆ ਵਾ ਤੇ ਇੱਥੇ ਮੇਰੇ ਸਾਰੇ ਸਰੀਰ ਤੇ ਨੀਲ ਪਾਏ ਆ। ਮੇਰੇ ਪਤੀ ਇਹ ਕਹਿੰਦੇ ਨੇ ਕਿ ਗੱਡੀ ਨੂੰ ਜੈਕ ਤੇ ਖੜਿਆ ਕੀਤਾ ਵਾ, ਬੈਟਰੀ ਦੀਆਂ ਤਾਰਾਂ ਲਾਈਆਂ ਵਾ, ਵੀ ਸਾਨੂੰ ਫੋਰਚੂਨਰ ਗੱਡੀ ਚਾਹੀਦੀ ਆ। ਆਪਣੇ ਪਿਓ ਨੂੰ ਕਿਹਾ 5 ਕਿੱਲੇ ਪੈਲੀ ਮੇਰੇ ਨਾਂ ਤੇ ਲਾ ਕੇ ਦੇ। ਉਹਨਾਂ ਨੇ ਅੱਗੇ ਵਿਆਹ ਆਪਣੀ ਹੈਸੀਅਤ ਤੋਂ ਵੱਧ ਕੀਤਾ ਵਾ, ਮੈਂ ਕਿਹਾ ਉਹਨੂੰ ਹੋਰ ਨਹੀਂ ਦੇ ਸਕਦੇ। ਪਰਸੋਂ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਆ, ਮੇਰੇ ਡਾਕੂਮੈਂਟਸ ਵੀ ਚੋਰੀ ਕੀਤੇ ਨੇ, ਮੇਰੇ ਸਾਰਾ ਕੁਛ ਚੋਰੀ ਕੀਤਾ ਇਹਨਾਂ ਨੇ, ਮੇਰੇ ਕੋਲ ਕੁਛ ਨਹੀਂ ਆ। ਕਹਿੰਦੇ ਤੈਨੂੰ ਕੰਮ ਵਾਲੀਆਂ ਦੀ ਤਰ੍ਹਾਂ ਰੱਖਣਾ ਵਾ ਅਸੀਂ, ਜਾਂ ਤਾਂ ਇੱਥੋਂ ਆਪਣੇ ਆਪ ਚਲੀ ਜਾ। ਪਰਸੋਂ ਇਹਨਾਂ ਨੇ ਬੜੀ ਬੁਰੀ ਹਾਲਤ ਨਾਲ ਮੇਰੇ ਪਤੀ ਨੇ ਕੁੱਟਮਾਰ ਕੀਤੀ, ਮੇਰੀ ਸੱਸ ਨੇ ਕਹਿ ਕੇ ਕਰਵਾਈ ਆ, ਅੱਜ ਤੋਂ ਸਾਰਾ ਚੁੰਨੀ ਗਲੇ ਚ ਪਾ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ, ਮੇਰੀ ਬੇਟੀ ਨੂੰ ਵੀ ਮਾਰਿਆ ਵਾ ਤੇ ਇੱਥੇ ਮੇਰੇ ਸਾਰੇ ਸਰੀਰ ਤੇ ਨੀਲ ਪਾਏ ਆ।
ਤੋਂ ਬਾਅਦ ਗਲੀ ਗੁਆਂਢ ਨੇ ਮੇਰੀਆਂ ਆਵਾਜ਼ਾਂ ਸੁਣੀਆਂ ਵਾ ਲੜਾਈ ਦੀਆਂ, ਤੇ ਉਹਨਾਂ ਨੇ ਮੇਰੇ ਭਰਾ ਨੂੰ ਫੋਨ ਕੀਤਾ ਵਾ, ਉਹ ਬਾਹਰ ਆਇਆ ਵਾ, ਉਹ ਮੈਨੂੰ ਇਸ ਹਾਲਤ ਦੇ ਵਿੱਚ ਹਸਪੀਟਲ 'ਚ ਐਡਮਿਟ ਕਰਵਾ ਕੇ ਆਇਆ। ਅਸਲ 'ਚ ਕੀ ਮੰਗ ਪਰ ਵੇਖੋ ਬੇਟਾ, ਮੈਂ ਇਹਨਾਂ ਨੂੰ ਕਿੱਥੋਂ ਦੇ ਦਵਾਂ, ਮੇਰੇ ਹੱਥ ਵਾਸ ਥੋੜਾ ਕੁਛ ਹੈਗਾ ਵਾ, ਹਰ ਮਹੀਨੇ ਹਰ ਦੂਜੇ ਮਹੀਨੇ ਮੇਰੇ ਨਾਲ ਕੁੱਟ ਮਾਰ ਕਰਦੇ ਆ। ਤੇਰੀ ਦਾਜ ਦੇ ਚੱਕਰ 'ਚ ਮੇਰੀ ਸੱਸ ਕਹਿੰਦੀ ਆ ਕੀ ਤੇਰੇ ਪਿਓ ਨੇ ਮਹਿਲ ਪਾ ਦਿੱਤੇ ਆ, ਸਾਨੂੰ ਦਾਜ ਲਿਆਣਗੇ ਦੇ, ਇਹ ਮੁੰਡਾ ਚਾਹੁੰਦੇ ਨੇ ਵੀ ਸਾਨੂੰ ਮੁੰਡਾ ਦੇ, ਪਰ ਮੈਂ ਮੁੰਡਾ ਕਿੱਥੋਂ ਲਿਆਣ ਕੇ ਦਵਾਂ ਇਹਨਾਂ ਨੂੰ, 6 ਸਾਲ ਦੀ ਮੇਰੀ ਬੇਟੀ, ਹੌਲੀ ਹੌਲੀ ਇਹਨਾਂ ਨੇ ਮੇਰੀ ਬੇਟੀ ਨਾਲ ਵੀ ਮੋਹ ਤੋੜ ਦਿੱਤਾ, ਉਹਦੇ ਨਾਲ ਵੀ ਇਹ ਕੁੱਟ ਮਾਰ ਦੀ ਕੋਸ਼ਿਸ਼ ਕਰਦੇ ਨੇ। ਤੇ ਇਸ ਸਾਰੀ ਮੁੱਦੇ ਦੀ ਜੜ ਹੈਗੀ ਆ ਮੇਰਾ ਮਾਮਾ ਸਹੁਰਾ ਜੋ ਕਿ ਪੱਟੀ ਦਾ ਰਹਿਣ ਵਾਲਾ ਹੈ, ਉਹਦਾ ਨਾਮ ਵਿਕਾਸ ਕੁਮਾਰ ਮਿੰਟਾ। ਕਈ ਅਸੀਂ ਪੜ੍ਹੇ ਲਿਖੇ ਬੰਦੇ ਹਾਂ, ਕੋਈ ਅਨਪੜ੍ਹ ਗੰਵਾਰ ਨਹੀਂ ਹੈਗੇ, ਘਰਾਂ ਦੇ ਵਿੱਚ 100 ਝਗੜੇ ਹੁੰਦੇ ਨੇ, ਨਿੱਕੀ ਮੋਟੀ ਗੱਲ ਤੋਂ ਕੋਈ ਹੋ ਗਿਆ, ਮਤਲਬ ਸਿਆਣਾ ਧੀ ਪੁੱਤ ਹੁੰਦਾ ਜਿਹੜਾ ਆਪਣੇ ਘਰ ਦੀ ਗੱਲ ਨੂੰ ਅੰਦਰੇ ਅੰਦਰ ਸਮੇਟਦਾ। ਜੇ ਮੈਂ ਇਹੋ ਜਿਹੀ ਹੁੰਦੀ ਤੇ ਮੈਂ ਵੀ ਅੱਜ ਪਹਿਲਾਂ ਇੱਥੇ ਪਹੁੰਚੀ ਹੁੰਦੀ ਥਾਣੇ ਦੇ ਵਿੱਚ, ਕਿਉਂਕਿ ਮੈਨੂੰ ਪਤਾ ਇੱਜ਼ਤ ਬਣਾਉਣੀ ਬੜੀ ਔਖੀ ਆ ਤੇ ਗਵਾਉਣੀ ਇੱਕ ਮਿੰਟ ਵਿੱਚ ਗਵਾਈ ਜਾ ਸਕਦੀ ਆ। ਇਸ ਕਰਕੇ ਮੈਂ ਆਪਣੇ ਘਰ ਦੇ ਮਸਲਿਆਂ ਨੂੰ ਸੋਚਦੀ ਹਾਂ, ਇਹੋ ਹੀ ਸਮਝਾਉਂਦੀ ਹਾਂ ਇਹਨੂੰ। ਅੱਜ ਤੱਕ 8ਵਾਂ ਸਾਲ ਹੋ ਗਿਆ, ਇਹ ਸਾਡਾ ਪਹਿਲੀ ਵਾਰੀ ਝਗੜਾ ਨਹੀਂ ਹੋਇਆ, 4-5 ਵਾਰੀ ਹੋ ਚੁੱਕਾ ਵਾ, ਔਰ ਮੈਂ ਇਹਨੂੰ ਅੰਦਰ ਵਾੜ ਕੇ ਇੱਕੋ ਹੀ ਗੱਲ ਸਮਝਾਉਂਦੀ ਹਾਂ, ਤਨਵੀਰ ਪੁੱਤ ਘਰ ਦੇ ਵਿੱਚ 100 ਉੱਚੀਆਂ ਨੀਵੀਆਂ ਗੱਲਾਂ ਹੁੰਦੀਆਂ ਨੇ, ਘਰ ਦੀਆਂ, ਘਰ 'ਚ ਸਮੇਟੀ ਦੀਆਂ, ਬਾਹਰ ਨਹੀਂ ਜਾਈਦਾ। ਲੇਕਿਨ ਇਹ ਮੇਰੀ ਨੂੰਹ ਘਰੋਂ ਬਾਹਰ ਗੱਲ ਗੱਲ ਤੇ ਸੜਕਾਂ ਤੇ ਤੁਰੀ ਫਿਰਦੀ ਆ, ਮੈਂ ਸਾਨੂੰ ਚੋਰ ਤੋਂ ਇਲਾਵਾ ਬੁਲਾਉਂਦੀ ਨਹੀਂ, ਮਾਂ ਪੁੱਤਾਂ ਨੂੰ ਚੁੱਪ ਕੀਤੇ ਰਹਿੰਦੇ ਹਾਂ। ਇਹ ਜਿਹੜਾ ਅੱਜ ਵੀ ਝਗੜਾ ਹੋਇਆ, ਜਿਹੜਾ ਹੁਣ ਝਗੜਾ ਹੋਇਆ, ਇਹ ਵੀ ਮਾਮੂਲੀ ਜਿਹਾ ਝਗੜਾ ਸੀ, ਔਰ ਇਹਨੂੰ ਇੱਕ ਮੇਜਰ ਰੂਪ ਦੇ ਦਿੱਤਾ ਗਿਆ ਹੈ, ਔਰ ਉਹਦੇ ਵਾਸਤੇ ਇਹਦੇ ਰਿਸਪੋਂਸੀਬਲ ਨੇ ਫਾਦਰ ਔਰ ਬ੍ਰਦਰ, ਜਿਨ੍ਹਾਂ ਨੇ ਕਿ ਜਦੋਂ ਮੇਰੇ ਘਰੋਂ ਇਹ ਗਈ ਹੈ, ਮੇਰੀ ਨੂੰਹ ਬਿਲਕੁਲ ਸਹੀ ਸਲਾਮਤ ਗਈ ਹੈ, ਮੇਰੇ ਪਾਸ ਕੈਮਰੇ ਦੀਆਂ ਸਾਰੀਆਂ ਫੁਟੇਜ ਨੇ, ਸਾਰਾ ਕੁਛ ਮੇਰੇ ਕੋਲ ਪ੍ਰੂਫ ਪਏ ਨੇ, ਬਿਲਕੁਲ ਆਪਣੇ ਹੱਥੀ ਜਦੋਂ ਇਹ ਬੂਹਿਆਂ ਦੇ ਉੱਤੇ ਹੱਥ ਮਾਰ ਮਾਰ ਕੇ ਜ਼ੋਰ ਦੀ, ਆਪਣੇ ਸਿਰ ਦੇ ਵਿੱਚ ਜ਼ੋਰ ਜ਼ੋਰ ਦੀ ਹੱਥ ਮਾਰ ਕੇ ਇੱਥੋਂ ਘਰੋਂ ਗਈ ਆ, ਮੈਂ ਇਹਨੂੰ ਫਿਰ ਵੀ ਪਿਆਰ ਨਾਲ ਅੰਦਰ ਨੂੰ ਫੜ ਕੇ ਲੈ ਕੇ ਆਈ ਹਾਂ, ਅੰਦਰ ਬਾਇਆ, ਪਾਣੀ ਫੜਾਇਆ, ਪਾਣੀ ਫੜ ਕੇ ਇਹਨੇ ਪੀਤਾ ਨਹੀਂ, ਪੁਆ ਕੇ ਗਲਾਸ ਮਾਰਿਆ ਤੇ ਮੈਨੂੰ ਖਿੱਚ ਕੇ ਪਰਾਂ ਨੂੰ, ਮੈਂ ਫਿਰ ਵੀ ਇਹਨੂੰ ਅੰਦਰ ਨੂੰ ਲਗਾਈ ਹਾਂ, ਇਹਨੇ ਮੈਨੂੰ ਉੱਥੇ ਅੰਦਰ ਧੱਕੇ ਮਾਰੇ, ਮੈਂ ਫਿਰ ਵੀ ਨਹੀਂ ਸੋਚਿਆ, ਮੈਂ ਕਿਹਾ ਫਿਰ ਕੀ ਆ, ਗੁੱਸੇ 'ਚ ਇਨਸਾਨ ਬੜਾ ਕੁਛ ਕਰ ਦਿੰਦਾ ਹੈ, ਮੇਰੇ ਹੱਥੀ ਗੱਲ ਪੈਣ ਤੱਕ ਵੀ ਗਈ ਆ, ਮੈਂ ਚੁੱਪ ਕਰਕੇ ਫਿਰ ਵੀ ਇਹਨੂੰ ਅੰਦਰ ਵਾੜਨ ਦੀ ਕੋਸ਼ਿਸ਼ ਕੀਤੀ, ਨੋ ਸਰ ਨੋ ਨੋ। ਦੇਖੋ ਫਸਟ ਜਿਹੜਾ ਬੇਬੀ ਹੋਈ ਹੈ ਨਾ ਗੁੜੀਆ, ਉਹ ਸਾਨੂੰ ਪਤਾ ਹੈ ਜਾਂ ਉਸ ਪਰਮਾਤਮਾ ਨੂੰ ਪਤਾ ਹੈ ਕਿ ਕਿਵੇਂ ਇਹਦੇ ਘਰ ਇਹ ਗੁੜੀਆ ਅਸੀਂ ਲਈ ਆ। ਤੀਸਰੇ ਦਿਨ ਸ਼ਾਸ਼ੀ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਡਾਕਟਰ ਆ, ਉਹਦੇ ਕੋਲੋਂ ਇਹਦੇ ਅਸੀਂ ਕੇਸ ਦੀ ਪੂਰੀ ਪਵਾਈ, ਇਹਦੀ ਬੱਚੇਦਾਨੀ ਬਹੁਤ ਜ਼ਿਆਦਾ ਕਮਜ਼ੋਰ ਆ, ਅਸੀਂ ਉਹ ਪਹਿਲਾ ਬੱਚਾ ਵੀ ਹਰ ਤੀਸਰੇ ਦਿਨ ਜਾ ਕੇ, ਤੁਸੀਂ ਰਿਪੋਰਟਾਂ ਵੀ ਸ਼ਾਸ਼ੀ ਦੀਆਂ ਸਾਰੀਆਂ ਸਾਡੇ ਕੋਲ ਪਈਆਂ, ਤੀਸਰੇ ਦਿਨ ਅਸੀਂ ਜਾਂਦੇ ਸਾਂ ਅੰਮ੍ਰਿਤਸਰ, ਜਾ ਕੇ ਉੱਥੇ ਸ਼ਾਮ ਨੂੰ 7-8 ਵਜੇ ਰੋਟੀਆਂ ਹੱਥ ਦੇ ਵਿੱਚ ਐਮ ਗੱਡੀ 'ਚ ਬਹਿ ਕੇ ਤੇ ਰੋਟੀਆਂ ਖਾਂਦੇ ਜਾਂਦੇ ਹੁੰਦੇ ਸਾਂ, ਰੋਟੀ ਵੀ ਘਰ ਨਹੀਂ ਸੀ ਨਸੀਬ ਹੁੰਦੀ ਹੁੰਦੀ, ਤੇ ਸਿਰਫ ਇਹੋ ਕਿ ਇਹਦੀ ਪੂਰੀ ਪੈ ਜਾਵੇ, ਔਰ ਇਹਦਾ ਅਸੀਂ ਇਹਨੂੰ ਆਪਣਾ ਬੱਚਾ ਲਿਆ। ਦੂਸਰਾ ਬੇਬੀ ਜਦੋਂ ਇਹਦੇ ਘਰ, ਉਸ ਤੋਂ 2-3 ਮਹੀਨਿਆਂ ਬਾਅਦ ਇਹਦੇ ਫਿਰ ਪ੍ਰੈਗਨੈਂਸੀ ਹੋ ਗਈ, ਉਦੋਂ ਅਸੀਂ ਇਹਨੂੰ ਜ਼ਰੂਰ ਸਮਝਾਇਆ ਵੀ ਪੁੱਤ ਦੇਖ ਤੇਰੀ ਬੱਚੇਦਾਨੀ ਕਮਜ਼ੋਰ ਆ, ਬੱਚਾ ਪੂਰੀ ਤਰ੍ਹਾਂ ਪ੍ਰਿਪੇਅਰ ਨਹੀਂ ਹੋ ਪਾਉਣਾ, ਤੇ ਪੁੱਤ ਤੂੰ ਨਾ ਇੰਝ ਕਰ ਵੀ ਕੋਈ ਗੱਲ ਨਹੀਂ ਗੀ, ਹੈਂ ਅਜੇ 2-3 ਮਹੀਨੇ, ਇੱਕ ਅਜੇ ਮਤਲਬ 15 ਕੁ ਦਿਨ ਹੀ ਹੋਏ ਸੀਗੇ, ਚਲੋ ਇਹਨੇ ਕਹਿਣਾ ਮੰਨ ਲਿਆ, ਹੋ ਗਿਆ ਸਭ ਕੁਛ। ਤੀਸਰੀ ਵਾਰੀ ਜਦੋਂ ਇਹਨੇ ਚਾਂਸ ਲਿਆ, ਫਿਰ ਬਸ ਉਹਨਾਂ ਨੂੰ ਬੇਟਾ ਚਾਹੀਦਾ ਹੈ, ਹੁਣ ਕਿੱਥੋਂ ਬੇਟਾ ਦੇ ਦੇਵੇ,
ਚਾਰ ਵਾਰ ਅਬੋਰਸ਼ਨ ਕਰਾਈ ਇਹਦੀ, ਹੋਸਪਿਟਲ 'ਚ ਮੈਂ ਹੀ ਰਹੀ ਹਾਂ ਪੋਤੇ ਦੀ, ਮੇਥੋਂ ਸਾਂਭੇ ਨਹੀਂ ਜਾਂਦੇ, ਮੈਂ ਤਾਂ ਇੰਨਾ ਪੈਸਾ ਲਾ ਕੇ ਪੜ੍ਹਾਇਆ ਲਿਖਾਇਆ, ਵਿਆਹ ਕੀਤੇ, ਸਭ ਕੁਛ ਦਿੱਤਾ ਜਾਇਦਾਦ, ਹੁਣ ਮੇਰੀ ਧੀ ਨੰਗੀ ਕੀਤੀ ਵੀ ਕੱਢੋ ਨਕੋ, ਅਸੀਂ ਤਾਂ ਹਾਰ ਗਏ ਹਾਂ, ਚਾਰ ਵਾਰ ਪੰਚਾਇਤਾਂ ਬੁਲਾਈਆਂ ਪੁੱਤ, ਸਾਡੀ ਸੁਣਵਾਈ ਨਹੀਂ ਹੋਈ ਕਿਸੇ ਪਾਸੇ ਵੀ, ਅਸੀਂ ਕਿੱਥੇ ਜਾਈਏ ਪੁੱਤ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਭਗਵੰਤ ਮਾਨ ਸਰਕਾਰ ਨੂੰ, ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ, ਜਿੱਥੇ ਵੀ ਕੋਈ ਭੈਣ ਭਰਾ ਬੈਠਾ ਹੈ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ। ਅਸਲ 'ਚ ਮਾਰ ਕਟਾਈ ਦਾ ਕਾਰਨ ਕੀ? ਬੇਟਾ ਹੈ, ਬੇਟਾ ਮੰਗਦੇ ਹੈ, ਬੇਟਾ ਮੰਗਦੇ, ਇੱਕ ਜਾਇਦਾਦ ਮੰਗਦੇ, ਹੋਰ ਗੱਡੀ ਵੱਡੀ ਮੰਗਦੇ ਹੈ, 5 ਕਿੱਲੇ ਪੈਲੀ ਮੰਗਦੇ ਹੈ। ਪਹਿਲਾਂ ਕੁੜੀ ਆਏ ਤੇ ਹੁਣ ਚਾਰ ਵਾਰ ਅਬੋਰਸ਼ਨ ਕਰਾ ਦਿੱਤੀ ਉਹਨਾਂ ਨੇ, ਹੁਣ ਕੀ ਕਰੀਏ ਪੁੱਤ। ਅਬੋਰਸ਼ਨ ਟੈਸਟ ਕਰਾਉਣ ਤੋਂ ਬਾਅਦ? ਟੈਸਟ ਕਰਾਉਣ ਤੋਂ ਬਾਅਦ ਕਰਾਈ ਜਾਂਦੇ ਆ, ਬੇਟਾ ਨਹੀਂ ਗਾ, ਬੇਟੀਆਂ ਏ, ਅਬੋਰਸ਼ਨ ਕਰਾਈ ਜਾਂਦੇ ਆ, ਉਹਦੇ ਵਿੱਚ ਅੱਗੇ ਹਿੰਮਤ ਨਹੀਂ ਹੈਗੀ ਪੁੱਤ, ਉਹ ਕਿੱਥੋਂ ਇਹੋ ਸਹਿਣ ਕਰ ਲਵੇ। ਉਹ ਚੀਜ਼ ਨੂੰ ਨਹੀਂ ਸਮਝਦੇ ਪੁੱਤ, ਉਹ ਨਹੀਂ ਸਮਝਦੇ, ਉਹਨਾਂ ਨੂੰ ਬੇਟਾ ਹੀ ਚਾਹੀਦਾ। ਉਹ ਕਹਿੰਦੇ ਜੇ ਤੂੰ ਨੀ ਬੇਟਾ ਦੇਣਾ ਅਸੀਂ ਹੋਰ ਵਿਆਹ ਕਰਾ ਲਾਂਗੇ, ਸਾਨੂੰ ਉਹਦੇ ਚ ਅਸੀਂ ਬੱਚਾ ਪੈਦਾ ਕਰ ਲਾਂਗੇ, ਤੂੰ ਕੰਮ ਵਾਲੀ ਬਣ ਕੇ ਘਰੇ ਰਹੀ ਜਾ, ਅਸੀਂ ਪੁੱਤ ਕੀ ਕਰਾਂਗੇ, ਸਾਡੀ ਧੀ ਦਾ ਕਿਸੇ ਪਾਸੇ ਪਸੇਬਾ ਨਹੀਂ ਹੈਗਾ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਇਹੀ ਕਹਿੰਦੇ ਹਾਂ ਵੀ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ, ਸਾਡੀ ਧੀ ਕਿੱਥੇ ਜਾਵੇ। ਮਾਰ ਕਟਾਈ ਬਹੁਤ ਕਰਦੇ ਆ, ਆ ਵੇਖੋ ਸਾਡੀ ਧੀ ਦਾ ਕੀ ਹਾਲ ਬਣਾਇਆ ਪਿਆ ਏ, ਬਹੁਤ ਬੁਰਾ ਹਾਲ ਹੈ ਧੀ ਦਾ, ਰੋਜ਼ ਕਟਾਈ ਨਹੀਂ ਉਦੋਂ ਕੁੱਟ ਖਾਧੀ ਜਾਂਦੀ ਪੁੱਤ, ਵੇਖ ਉਹਦੀ ਹਾਲ ਕੀ ਬਣ ਗਈ, ਵਿਆਹ 'ਚ ਕੀ ਸੀ ਤੇ ਹੁਣ ਇਹ ਕੀ ਬਣ ਗਈ ਏ। ਅਸੀਂ ਇਹੀ ਇਨਸਾਫ ਮੰਗਦੇ ਹਾਂ, ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ, ਨਾ ਤਾਂ ਆਪਣੇ ਸਰਕਾਰੀ ਹੋਸਪਿਟਲ ਵਿੱਚ ਇਨਸਾਫ ਮਿਲਿਆ, ਉੱਥੇ ਵੀ ਇਹਦੀ ਕੋਈ ਇਹਦੀ ਰਿਪੋਰਟ ਨਹੀਂ ਆਈ, ਨਾ ਥਾਣੇ 'ਚ ਕੋਈ ਇਨਸਾਫ ਮਿਲਿਆ ਏ। ਪੁੱਤ ਜਿੱਥੇ ਵੀ ਜਾਂਦੇ ਉੱਥੇ ਪੈਸਾ ਚੜਾ ਦਿੰਦੇ ਆ, ਅਸੀਂ ਪੁੱਤ ਕਿੱਥੇ ਜਾਈਏ, ਅਸੀਂ ਬਹੁਤ ਦੁਖੀ ਹਾਂ ਪੁੱਤ, ਅਸੀਂ ਤਾਂ ਇਹੋ ਹੱਥ ਜੋੜਦੇ ਹਾਂ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ।